ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਰਕ ਨਾ ਜਾਵੇ। ਗੁਰਬਾਣੀ ਦਾ ਇਹ ਕਥਨ ਧਰਮ ਵਿੱਚ ਗੁਰੂ ਕੇਸ਼ ਦੀ ਰੱਖਿਆ ਕਰਨ ਦੀ ਇੱਕ ਸਿੱਖਿਆ ਦਿੰਦਾ ਹੈ। ਇੱਕ ਅਜਿਹਾ ਧਰਮ ਜਿਸ ਵਿੱਚ ਸਿਧਾਂਤ ਹੀ ਸਭ ਕੁਝ ਹੈ। ਆਪਣੇ ਗੁਰੂ ਦੀਆਂ ਮਰਿਆਦਾਵਾਂ ਉੱਤੇ ਚੱਲਣਾ, ਉਹਨਾਂ ਨੂੰ ਪ੍ਰੇਮ ਭਾਵਨਾਵਾਂ ਦੇ ਨਾਲ ਸਮਝਣਾ ਆਦਿ ਹਰ ਇੱਕ ਨਿਯਮ ਦਾ ਦਿਲੋਂ ਇੱਜ਼ਤ ਅਤੇ ਸਨਮਾਨ ਕਰਨਾ ਸਿੱਖ ਧਰਮ ਦੀ ਪਹਿਚਾਣ ਹੈ। ਇਹਨਾਂ ਨਿਯਮਾਂ ਨੂੰ ਮਰ ਕੇ ਵੀ ਨਾ ਮਾਰਨ ਦੀ ਕਸਮ ਖਾਧੀ ਸੀ ਭਾਈ ਤਾਰੂ ਸਿੰਘ ਨੇ, ਇੱਕ ਅਜਿਹਾ ਸਿੱਖ ਜਿਨ੍ਹਾਂ ਦਾ ਨਾਮ ਸਿੱਖ ਧਰਮ ਦੇ ਇਤਿਹਾਸ ਵਿੱਚ ਬੜੇ ਗਰਵ ਦੇ ਨਾਲ ਲਿਆ ਜਾਂਦਾ ਹੈ। ਉਹਨਾਂ ਦੀ ਸ਼ਹੀਦੀ ਨੂੰ ਕੋਈ ਵੀ ਸਿੱਖ ਭੁਲਾ ਨਹੀਂ ਸਕਦਾ। ਪਰ ਉਪਕਾਰ ਲਈ ਆਪਣੇ ਵਚਨਾਂ 'ਤੇ ਪਹਿਰਾ ਦੇਣ ਵਾਲੇ ਅਤੇ ਗੁਰਸਿੱਖੀ ਨੂੰ ਤੋੜ ਨਿਵਾਉਣ ਵਾਲੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਅਸੀਂ ਕੋਟਨ ਕੋਟ ਪ੍ਰਣਾਮ ਕਰਦੇ ਹਾਂ।